ਹੋਵੇ ਗਲਤ ਗੱਲ ਹੈ ਜੀ। ਦੇਖੋ ਅਸੀਂ ਗੱਡੀ ਬਿਠਾਓ ਤੁਸੀਂ ਗੱਡੀ ਚ ਆਪਣੇ ਤੁਸੀਂ ਗੱਡੀ ਲਿਆ ਨਾ ਪੁਲਿਸ ਵਾਲੀ ਗੱਡੀ ਲਿਆ ਅਸੀਂ ਫੜਿਆ ਹੋਇਆ ਠੀਕ ਹੈ ਤੁਸੀਂ ਕੰਪਲੀਟ ਨਾ ਕਰ ਲੋ ਅਸੀਂ ਫੜਿਆ ਹੋਇਆ ਅਸੀਂ ਵੇਟ ਕਰ ਰਹੇ ਤੁਸੀਂ ਪੀ ਸੀ ਆਰ ਮੰਗਾ ਲਓ ਕੋਈ ਗੱਲ ਨਹੀਂ ਤੁਸੀਂ ਪੀ ਸੀ ਆਰ ਮੰਗਾ ਲਓ ਆਪਣੀ ਗੱਡੀ ਤੁਸੀਂ ਪੀ ਸੀ ਆਰ ਮੰਗਾ ਲਈ ਇੱਥੇ ਕਿਉਂ ਜੀ ਇਹ ਤਾਂ ਕੋਈ ਗੱਲ ਨਹੀਂ ਤੁਸੀਂ ਪੀ ਸੀ ਆਰ ਮੰਗਾਓ ਅਸੀਂ ਆਪਣੀ ਗੱਡੀ ਕਿਉਂ ਲੈ ਕੇ ਜਾਈਏ ਕੁਛ ਨਹੀਂ ਹੈਗਾ ਜੇ ਕੁੱਤੇ ਮਾਰੇ ਹੋਏ ਜਨਾ ਬੇਹੋਸ਼ ਪਿਆ ਕਿਉਂਕਿ ਇਹਨੂੰ ਮੈਂ ਕੁੱਤੇ ਮਾਰੇ ਨਹੀਂ ਜਾਣ ਕਰਦਾ ਸਰ ਲੋਕਤੰਤਰ ਵਿੱਚ ਬਣਾਓ ਜੀ ਵੀਡੀਓ ਮੇਰੀ ਬਣਾਓ 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 ਵੀ ਬੰਦ ਸਕਦੇ ਆਪਾਂ ਓਏ ਭੱਜ ਰਹੇ ਸੀ ਯਾਰ ਕੀ ਕਰ ਲੋ ਯਾਰ ਕਮਾਲ ਆ ਫੜੇ ਫੜ ਕੇ ਲੈਣਾ ਮੈਂ ਇਕੱਲੇ ਨੇ ਇਕੱਲੇ ਨੂੰ ਮੇਰੇ ਕਾਨੂੰਨ ਤੋਂ ਸਮਝਾਰਾ ਛੋੜ ਵੀਰ ਓ ਬਾਈ ਜੀ ਅਸੀਂ ਫੜ ਫੜਿਆ ਨਹੀਂ ਆਏ ਜੇ ਨਹੀਂ ਆਉਂਦੇ ਫਿਰ ਤਾਂ ਮੈਂ ਸਮਝਾ ਮਗਾ ਬੰਨ ਗਏ ਇਕੱਲੇ ਬੰਦੇ ਨੇ ਉਹ ਲੈਣਾ ਤੁਸੀਂ ਤਾਂ ਇਹਦੇ ਨਾਲ ਹੋ ਰਹੇ ਹੱਥ ਹੋ ਗਿਆ ਤੁਸੀਂ ਇਹਨਾਂ ਵਾਲੀ ਹੋ ਜੀ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਾਈਆਂ ਗਈਆਂ ਨੇ ਹਾਲਾਂਕਿ ਬਜ਼ੁਰਗ ਔਰਤ ਨੇ ਆਪਣੀ ਦਲੇਰੀ ਦਿਖਾਉਂਦੇ ਹੋਏ ਸਨੈਚਰ ਨੂੰ ਕਾਲਰ ਤੋਂ ਪਕੜ ਲਿਆ ਤੇ ਜਦੋਂ ਉਸਦੇ ਵੱਲੋਂ ਸ਼ੋਰ ਮਚਾਇਆ ਗਿਆ ਤਾਂ ਲਗਾਤਾਰ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਜੋ ਬਜ਼ੁਰਗ ਦਾ ਬੇਟਾ ਸੀ ਉਹ ਵੀ ਘਰ ਦੇ ਵਿੱਚੋਂ ਬਾਹਰ ਨਿਕਲਦਾ ਪਰ ਸਨੈਚਰ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਬਜ਼ੁਰਗ ਦਾ ਬੇਟਾ ਵੀ ਸਨੈਚਰ ਦੇ ਪਿੱਛੇ ਭੱਜਦਾ ਤਾਂ ਕੁਝ ਦੂਰੀ ਦੇ ਉੱਤੇ ਜਾ ਕੇ ਹੀ ਸਨੈਚਰ ਢੇਰੀ ਹੋ ਜਾਂਦਾ ਤੇ ਉਸਦੇ ਕੋਲ ਜਦੋਂ ਜਾ ਕੇ ਦੇਖਿਆ ਜਾਂਦਾ ਤਾਂ ਉਸਦੀ ਹਾਲਤ ਨਸ਼ੇ ਦੇ ਵਿੱਚ ਕਿਹਾ ਜਾ ਰਿਹਾ ਕਿ ਬੇਸੁੱਧ ਦੱਸੀ ਜਾ ਰਹੀ ਸੀ। ਫਿਲਹਾਲ ਮੌਕੇ ਦੇ ਉੱਤੇ ਹੁਣ ਪੁਲਿਸ ਨੂੰ ਵੀ ਬੁਲਾਇਆ ਗਿਆ, ਪੁਲਿਸ ਦੇ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਤਾਂ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਦੇ ਕੰਨ ਦੇ ਵਿੱਚੋਂ ਵਾਲੀਆਂ ਲਾਈਆਂ ਗਈਆਂ ਨੇ। ਹਾਲਾਂਕਿ ਬਜ਼ੁਰਗ ਔਰਤ ਨੇ ਦਲੇਰੀ ਦਿਖਾਉਂਦੇ ਹੋਏ ਜੋ ਸਨੈਚਰ ਸੀ ਉਸ ਨੂੰ ਕਾਲਰ ਤੋਂ ਪਕੜਿਆ ਅਤੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ। ਤਾਂ ਕਿਹਾ ਜਾ ਰਿਹਾ ਕਿ ਬਜ਼ੁਰਗ ਔਰਤ ਦਾ ਬੇਟਾ ਜਦੋਂ ਘਰ ਦੇ ਵਿੱਚੋਂ ਬਾਹਰ ਨਿਕਲਿਆ ਤਾਂ ਸਨੈਚਰ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ, ਪਰ ਕਿਹਾ ਜਾ ਰਿਹਾ ਕਿ ਕੁਝ ਦੂਰੀ 'ਤੇ ਜਦੋਂ ਉਸਦਾ ਪਿੱਛਾ ਕੀਤਾ ਤਾਂ ਸਨੈਚਰ ਸੜਕ ਦੇ ਉੱਤੇ ਹੀ ਗਿਰ ਜਾਂਦਾ ਅਤੇ ਉਹ ਨਸ਼ੇ ਦੇ ਵਿੱਚ ਬੇਸੁੱਧ ਦੱਸਿਆ ਜਾ ਰਿਹਾ। ਫਿਲਹਾਲ ਵਾਲੀਆਂ ਜੋ ਨੇ ਉਹ ਮਿਲ ਗਈਆਂ ਨੇ ਅਤੇ ਪੁਲਿਸ ਨੂੰ ਵੀ ਹੁਣ ਬੁਲਾਇਆ ਗਿਆ ਅਤੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਜਦੋਂ ਅਜਿਹੀ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਇਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜੋ ਬਦਮਾਸ਼ ਨੇ ਸਨੈਚਰ ਨੇ ਹੁਣ ਉਹਨਾਂ ਨੂੰ ਕਿਸੇ ਦਾ ਵੀ ਖੌਫ ਨਹੀਂ ਰਿਹਾ ਕਿਉਂਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਹਰ ਪਾਸੇ CCTV ਲੱਗੇ ਹੋਏ ਨੇ। ਪਰ ਬਾਵਜੂਦ ਇਸ ਦੇ ਜੋ ਸਨੈਚਰਾਂ ਦੇ ਹੌਸਲੇ ਨੇ ਲਗਾਤਾਰ ਬੁਲੰਦ ਦਿਖਾਈ ਦੇ ਰਹੇ ਨੇ, ਪਰ ਕਿਹਾ ਜਾ ਰਿਹਾ ਕਿ ਇੱਥੇ ਬਜ਼ੁਰਗ ਔਰਤ ਨੇ ਆਪਣੀ ਦਲੇਰੀ ਦਿਖਾਈ ਅਤੇ ਸਨੈਚਰ ਨੂੰ ਕਾਫ਼ੀ ਦੇਰ ਤੱਕ ਕਾਲਰ ਤੋਂ ਪਕੜ ਕੇ ਰੱਖਿਆ ਅਤੇ ਸ਼ੋਰ ਮਚਾਉਣਾ ਬਜ਼ੁਰਗ ਨੇ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਨਾਲ ਜਦੋਂ ਬਜ਼ੁਰਗ ਦਾ ਬੇਟਾ ਆਉਂਦਾ ਤਾਂ ਸਨੈਚਰ ਨੂੰ ਕਾਬੂ ਕਰ ਲਿਆ ਜਾਂਦਾ। ਕੁਛ ਨੀ ਮੈਂ ਉਰਾ ਬੈਠੀ ਨਾਲ ਕੱਢ ਰਹੀ ਸੀ
ਯੋ ਆਇਆ ਹਰ ਮਗਰੋਟਾ ਮਾਰਿਆ ਵਾ ਉਰੇ ਨੂੰ ਚੜਕਾ ਉਰੇ ਨੂੰ ਚੜਕਾ ਮੈਂ ਕਹੀ ਉਹ ਕਿਉਂ ਆ ਰਿਹਾ ਮੈਨੂੰ ਚੱਕਿਆ ਚਾਕੂ ਮੈਂ ਕਾਰ 'ਤੇ ਆ ਰਿਹਾ ਅੰਦਰ ਨੂੰ ਚੱਲਿਆ ਇਤਨੀ ਵਾਰ ਤੋਂ ਕਹਿੰਦੇ ਰਹੇ ਕਿ ਦੋਏ ਪਾਣੀਆਂ ਕੜੀ ਇਸ ਕਹਿਣਾ ਮੇਰੀ ਨਿਊ ਕੰਨ ਉਰੇ ਮੈਨੂੰ ਉਰੇ ਗਿਰ ਗਈ ਮੈਂ ਉਹ ਗੁਲਾਮੇ 'ਤੇ ਫੜ ਲਿਆ ਉਹ ਵੀ ਗਿਰ ਗਿਆ ਤਾਂ ਉਰੇ ਚਾਰ ਮੈਨੂੰ ਪਲੀਜ਼ ਕਲਿਆ ਮੈਨੇ ਇਸ ਕਾ ਨਿਊ ਗੁਲਾਮਾ ਫੜ ਲਿਆ ਮੈਨੇ ਰੌਲਾ ਪਾ ਦਿਆ ਮੇਰਾ ਛੋਕਰਾ ਕਰਨ 'ਤੇ ਆਇਆ ਤਾਂ ਕੱਪੜੇ ਕੱਟ ਰਿਹਾ ਤਾ ਮੈਂ ਕਿਹਾ ਉਹ ਬਾਈ ਲੋ ਮਖਾਈ ਅੰਦਰ ਵੜ ਗਿਆ ਨਿਊ ਮੇਰੇ 'ਤੇ ਬੋਲ ਵੀ ਨਾ ਨਿਕਲਿਆ ਉਹ ਮੇਰਾ ਛੋਕਰਾ ਕੱਪੜੇ ਕੱਟ ਰਿਹਾ ਤਾਂ ਨੱਗਾ ਹੀ ਨਾ ਹੱਠ ਲਿਆ ਜੋ ਜਾ ਤੂੰ ਉਰੇ ਤਾਂ ਜਾ ਤੂੰ ਮੇਰਾ ਛੋਕਰਾ ਦੌੜਿਆ ਇਸ 'ਤੇ ਅੱਗੇ ਜਾ ਕੇ ਉਹ ਗਿਰ ਗਿਆ ਦੌੜਦਾ ਦੌੜਦਾ ਮੋਟਰਸਾਈਕਲ ਕਰਿਆ ਮੈਂ ਹੁਣ ਨਸ਼ਾ ਕਹਿ ਤਾਂ ਰਹੇ ਵੀ ਨਸ਼ਾ ਕਰਿਆ ਵਾ ਬਾਲੀਆਂ ਤਾਂ ਇਸ ਕੇ ਕੱਪੜਿਆਂ ਮੈਂ ਕੱਢੀਆਂ ਦੇ ਕੇ ਨੱਠ ਗਿਆ ਤਾ ਦੋਏ ਜਾਂ ਦੂਰੇ ਲਿਆਣ ਕੇ ਤਲਾਸੀ ਕਰੀ ਇਹ ਆਪਣਾ ਦੁਪਹਿਰੇ ਘਰੇ ਬੈਠੇ ਆ ਮੋਟਰਸਾਈਕਲ 'ਤੇ ਕੋਈ ਬੰਦਾ ਆਇਆ ਅਤੇ ਅੰਦਰ ਵੜ ਕੇ ਬਾਲੀਆਂ ਕੱਢ ਲਈਆਂ ਆਂਟੀ ਦੀਆਂ ਅਤੇ ਆਂਟੀ ਦਾ ਬੇਟਾ ਅੰਦਰ ਸੀਗਾ ਜਦ ਉਹਨੇ ਪਿੱਛਾ ਕਰਕੇ ਫੜਿਆ ਕਾਫੀ ਦੂਰ ਜਾ ਕੇ ਫੜਿਆ ਉਹ ਗਿਰ ਗਿਆ ਮੋਟਰਸਾਈਕਲ ਤੋਂ ਗਿਰਨ ਤੋਂ ਬਾਅਦ ਫੜਿਆ ਅਤੇ ਜਦ ਇੱਥੇ ਫੜ ਕੇ ਲਿਆਂਦਾ ਅਤੇ ਇੱਥੇ ਉਹ ਪਿਆ ਮੇਰਾ ਖਿਆਲ ਵੀ ਸ਼ਾਇਦ ਉਹਨੇ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ ਕੀ ਸੀ ਉਸ ਤੋਂ ਬਾਅਦ ਪੁਲਿਸ ਪਾਰਟੀ ਨੂੰ ਇਨਫੋਰਮ ਕੀਤਾ ਕਿ ਇਹ ਦੇਖੋ ਜੀ ਪੁਲਿਸ ਵਾਲੇ ਕਹਿੰਦੇ ਵੀ ਸਾਡੀ ਇਹਦੇ 'ਚ ਕੋਈ ਅਸੀਂ ਕਰ ਨਹੀਂ ਸਕਦੇ ਵੀ ਤੁਸੀਂ ਇਹਨੂੰ ਢਕੌਲੀ ਹੋਸਪਿਟਲ 'ਚ ਲੈ ਕੇ ਜਾਓ ਵੀ ਅਸੀਂ ਮਤਲਬ ਇਹਦੇ 'ਚ ਡਾਇਰੈਕਟ ਕੋਈ ਕਾਰਵਾਈ ਨਹੀਂ ਕਰ ਸਕਦੇ ਵੀ ਤੁਸੀਂ ਇਹਨੂੰ ਢਕੌਲੀ ਹੋਸਪਿਟਲ 'ਚ ਲੈ ਕੇ ਜਾਓ ਹੁਣ ਉਹ ਸਾਡੇ ਬੰਦੇ ਆਪਣੀ ਪ੍ਰਾਈਵੇਟ ਗੱਡੀ 'ਚ ਉਹਨੂੰ ਢਕੌਲੀ ਹੋਸਪਿਟਲ 'ਚ ਲੈ ਕੇ ਗਏ ਹਾਂ ਅਸੀਂ ਤਾਂ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਹਾਂ ਵੀ ਦੇਖੋ ਦਿਨ ਦਿਹਾੜੇ ਵੀ ਬੰਦਾ ਸੇਫ ਨਹੀਂ ਇਹ ਸਰਕਾਰ ਹੈ ਜੀ ਦੇਖੋ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਦੂਜੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜਾਂ ਇੱਥੇ ਗਸ਼ਤ ਕਰੇ ਦੇਖੋ ਰਾਤਾਂ ਨੂੰ ਤਾਂ ਆਪਾਂ ਕਹਿੰਦੇ ਹਾਂ ਵੀ ਚੌਂਕੀਦਾਰ ਰੱਖ ਲਓ ਜਾਂ ਹੋਰ ਕਰ ਲਓ ਦਿਨ ਦਿਹਾੜੇ ਇਹਦਾ ਮਤਲਬ ਤਾਂ ਵੀ ਬੰਦਾ ਦਿਨ 'ਚ ਵੀ ਆਪਣੇ ਘਰ 'ਚ ਸੇਫ ਨਹੀਂ ਘਰ ਦੇ ਅੰਦਰ ਵੜ ਕੇ ਵਾਰਦਾਤ ਹੋ ਗਈ ਇਹ ਤਾਂ ਚਲੋ ਸਾਰੇ ਲੋਕਾਂ ਨੇ ਹਿੰਮਤ ਕਰੀ ਹਿੰਮਤ ਕਰਕੇ ਉਹ ਬੰਦਾ ਫੜ ਲਿਆ ਪੁਲਿਸ ਦੇ ਕਿੰਨੇ ਬੰਦੇ ਆਏ ਇੱਥੇ ਪੁਲਿਸ ਦੇ ਇੱਕ ASI ਸੀ ਦੋ ਸਿਵਲ ਡਰੈਸ 'ਚ ਸੀਗੇ ਜੀ ਅਤੇ ਉਹ ਆ ਕੇ ਮਹੱਲੇ ਵਾਲਿਆਂ ਨੂੰ ਕਹਿੰਦੇ ਵੀ ਤੁਸੀਂ ਇਹਨੂੰ ਫੜਿਆ ਉਹ ਕਹਿੰਦੇ ਭਾਈ ਜੀ ਅਸੀਂ ਇਹਨੂੰ ਨਾ ਫੜਦੇ ਸਾਨੂੰ ਮਾਰ ਦਿੰਦਾ ਅਤੇ ਹੁਣ ਫਿਰ ਉਹ ਕਹਿੰਦੇ ਵੀ ਤੁਸੀਂ ਇਹਨੂੰ ਉੱਥੇ ਢਕੌਲੀ ਹੁਣ ਸਾਡੇ ਆਪਣੇ ਦੂਜੇ ਭਾਈ ਸਾਹਿਬ ਨਾਲ ਆਪਣੀ ਗੱਡੀ 'ਚ ਨਹੀਂ ਲੈ ਗਏ ਢਕੌਲੀ ਉਹ ਆਪਣੀ ਗੱਡੀ 'ਚ ਨਹੀਂ ਉਹ ਕਹਿੰਦੇ ਜੀ ਵੀ ਅਸੀਂ ਜੇ ਆਪਣੀ ਗੱਡੀ 'ਚ ਲਿਜਾਵਾਂਗੇ ਕੱਲ੍ਹ ਨੂੰ ਕੋਈ ਮਿਸਹੈਪਨਿੰਗ ਹੋ ਗਈ ਕੋਈ ਹੋਰ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ ਇਹਨੂੰ ਕੁਛ ਹੋ ਗਿਆ ਚੋਰ ਫੜ ਕੇ ਵੀ ਦਿੱਤਾ ਤਾਂ ਵੀ ਲੈ ਕੇ ਨਹੀਂ ਗਏ ਚੋਰ ਫੜਿਆ ਜੀ ਸਾਰੇ ਮਹੱਲੇ ਨੇ ਲੇਡੀਜ਼ ਨੇ ਜੈਂਟਸ ਨੇ ਚੋਰ ਫੜਿਆ ਜੀ ਫੜਨ ਤੋਂ ਬਾਅਦ ਉਹ ਇੱਥੇ ਪਿਆ ਸੀਗਾ ਨਸ਼ਾ ਕੀਤਾ ਹੋਇਆ ਸੀਗਾ ਜੀ ਦੇਖੋ ਜੇ ਉਹ ਕਿਸੇ ਹੋਰ ਦਾ ਨੁਕਸਾਨ ਕਰ ਦਿੰਦਾ ਜੀ ਫਿਰ ਕੌਣ ਜ਼ਿੰਮੇਵਾਰ ਹੁੰਦਾ ਜੀ ਦੇਖੋ ਮਹੱਲੇ ਵਾਲਿਆਂ ਤਾਂ ਇੰਨੀ ਹੈ ਜੀ ਮਤਲਬ ਐਫਰਟ ਕਰੇ ਆ ਐਫਰਟ ਕਰਕੇ ਉਹਨੂੰ ਫੜਿਆ ਬੰਦੇ ਨੂੰ ਫੜਨ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਹੈ ਜੀ ਉਹ ਤਾਂ ਪੁਲਿਸ ਪ੍ਰਸ਼ਾਸਨ ਨੇ ਕਰਨੀ ਹੈ ਜੀ ਜਾਂ ਜਿਹੜਾ ਦੂਸਰਾ ਪ੍ਰਸ਼ਾਸਨ ਹੈ ਜੀ ਤਾਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਵੀ ਤੁਸੀਂ ਘੱਟੋ ਘੱਟ ਵੀ ਜੇ ਦਿਨ 'ਚ ਵੀ ਬੰਦਾ ਆਪਣੇ ਘਰੇ ਸੇਫ ਨਹੀਂ ਜੀ ਘਰ ਦੇ ਅੰਦਰ ਵੜ ਕੇ ਚੋਰੀ ਘਰ ਦੇ ਅੰਦਰ ਆ ਸਾਹਮਣੇ ਕਰ ਰਿਹਾ ਜੀ ਸਾਹਮਣੇ ਹੈ ਜੀ ਅੰਦਰ ਬੈਠੇ ਹਾਂ ਬਜ਼ੁਰਗ ਮਾਤਾ ਜੀ ਹੈ ਤੁਹਾਡੇ ਸਾਹਮਣੇ ਹੈ ਜੀ